ਸਤਿ ਸ਼੍ਰੀ ਅਕਾਲ ਜੀ, ਨਮਸਤੇ, ਸਲਾਮ। ਹੋਰ ਸਾਰੇ ਕਿਵੇਂ ਹੋ? ਪੰਜਾਬੀ ਵਲੌਗ ਸਵਿਤਲੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਘਰ ਵਿੱਚ ਚਿਕਨ ਫਰਾਈ। ਚਿਕਨ ਫਰਾਈ ਕਿਵੇਂ ਕੀਤਾ ਜਾਂਦਾ ਮੈਂ ਤੁਹਾਨੂੰ ਉਹ ਦੱਸ ਦਿੰਦੀ ਹਾਂ। ਉਸ ਲਈ ਮੈਂ ਜੋ ਜੋ ਸਮਾਨ ਲਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦੱਸਦੀ ਹਾਂ। ਇਸ ਲਈ ਮੈਂ ਚਿਕਨ ਲਿਆ, ਇਹ ਮੈਂ ਸਾਰੇ ਮਸਾਲੇ ਲਏ ਨੇ। ਇਹ ਮੈਂ ਅਦਰਕ ਅਤੇ ਲਸਣ ਦਾ ਪੇਸਟ ਲਿਆ। ਇਹ ਮੈਂ ਦਹੀਂ ਲਿਆ। ਇਹ ਮੈਂ ਲਿਆ ਬੇਸਣ। ਹੁਣ ਆਪਾਂ ਇਹ ਜਿਹੜਾ ਚਿਕਨ ਹੈ, ਸਭ ਤੋਂ ਪਹਿਲਾਂ ਇਹਨੂੰ ਆਪਾਂ ਮੈਗਨੇਟ ਕਰਾਂਗੇ। ਇਸ ਵਿੱਚ ਪਹਿਲਾਂ ਮੈਂ ਸਾਰੇ ਇਹ ਮਸਾਲੇ ਪਾ ਦਿੰਦੀ ਹਾਂ ਅਤੇ ਅਦਰਕ ਅਤੇ ਲਸਣ ਦਾ ਪੇਸਟ ਪਾ ਦਿੰਦੇ ਹਾਂ ਆਪਾਂ। ਦੋ ਚਮਚ ਆਪਾਂ ਦਹੀਂ ਦੇ ਪਾ ਦਾਂਗੇ ਇਸ ਦੇ ਵਿੱਚ। ਦੋ ਚਮਚੇ ਆਪਾਂ ਬੇਸਣ ਦੇ ਪਾ ਦਾਂਗੇ। ਤਿੰਨ ਪਾ ਦਿੰਦੇ ਹਾਂ ਆਪਾਂ ਬੇਸਣ ਦੇ ਚਮਚ, ਤਾਂ ਜੋ ਚੰਗੀ ਤਰ੍ਹਾਂ ਇਹ ਬਾਇੰਡ ਹੋ ਜਾਏ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ ਇਸ ਦੇ ਵਿੱਚ ਫੂਡ ਕਲਰ ਪਾ ਦਿੰਦੇ ਹਾਂ, ਤਾਂ ਜੋ ਜਿਹੜਾ ਇਸਦਾ ਕਲਰ ਹੈ ਬਹੁਤ ਵਧੀਆ ਆਵੇ। ਮੈਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਆਪਾਂ ਇਸਨੂੰ 1 ਘੰਟੇ ਲਈ ਰੱਖ ਦਾਂਗੇ ਢੱਕ ਕੇ, ਤਾਂ ਜੋ ਇਹ ਚੰਗੀ ਤਰ੍ਹਾਂ ਮੈਗਨੇਟ ਹੋ ਜਾਏ। ਫਿਰ ਆਪਾਂ ਇਸਨੂੰ ਡੀਪ ਫਰਾਈ ਕਰਾਂਗੇ। ਤੇਲ ਆਪਣਾ ਗਰਮ ਹੋ ਚੁੱਕਿਆ, ਘੰਟਾ ਹੋ ਗਿਆ ਆਪਣੇ ਮੀਟ ਪਏ ਨੇ। ਹੁਣ ਆਪਾਂ ਇਸ ਦੇ ਵਿੱਚ ਮੀਟ ਪਾ ਦਾਂਗੇ ਜੋ ਮੈਗਨੇਟ ਕੀਤਾ ਹੋਇਆ। ਗੈਸ ਨੂੰ ਆਪਾਂ ਥੋੜ੍ਹਾ ਮੀਡੀਅਮ ਕਰ ਦਾਂਗੇ। ਇਸ ਨੂੰ ਆਪਾਂ ਇੱਕ ਵਾਰੀ ਇਸਦੀ ਸਾਈਡ ਚੇਂਜ ਕਰ ਦਿੰਦੇ ਹਾਂ। ਲੋ ਫਰੈਂਡਸ, ਆਪਣਾ ਚਿਕਨ ਫਰਾਈ ਹੋ ਚੁੱਕਿਆ। ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ। ਫਰਾਈ ਕਰਨ ਦੀ ਬਹੁਤ ਈਜ਼ੀ ਵੇ ਫਰਾਈ ਹੋ ਜਾਂਦਾ। ਮੇਰੀ ਵੀਡੀਓ ਵਧੀਆ ਲੱਗੀ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਚੈਨਲ 'ਤੇ ਨਵੇਂ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।